ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਨਜ਼ਦੀਕੀ ਪਿੰਡ ਬੋਪਰਾਏ ਦੇ ਨੌਜਵਾਨ ਦੀ ਮਲੇਸ਼ੀਆ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਨਾਲ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਪਰਮਿੰਦਰ ਕੁਮਾਰ ਮੱਕੜ ਪੁੱਤਰ ਲਕਸ਼ਮੀ ਨਾਰਾਇਣ ਮੱਕੜ ਉਮਰ 30 ਸਾਲ ਜੋ ਕਿ ਪਿਛਲੇ 7 ਸਾਲ ਤੋਂ ਰੋਜ਼ੀ ਰੋਟੀ ਦੀ ਖਾਤਰ ਮਲੇਸ਼ੀਆ ਵਿੱਚ ਗਿਆ ਹੋਇਆ ਸੀ। ਪਰਮਿੰਦਰ ਹਰ ਰੋਜ਼ ਮਲੇਸ਼ੀਆ 'ਚ ਰਾਧਾ ਸਵਾਮੀ ਦੇ ਡੇਰੇ 'ਤੇ ਸੇਵਾ ਕਰਨ ਜਾਂਦਾ ਹੁੰਦਾ ਸੀ। ਪਿਛਲੀ 20 ਜੁਲਾਈ ਨੂੰ ਸਵੇਰੇ ਪਰਮਿੰਦਰ ਆਪਣੇ ਘਰੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਰੇ ਵਿਖੇ ਸੇਵਾ ਕਰਨ ਲਈ ਨਿਕਲਿਆ ਸੀ ਤਾਂ ਰਸਤੇ ਵਿੱਚ ਉਸਦੇ ਮੋਟਰਸਾਈਕਲ ਨੂੰ ਟਰੱਕ ਨੇ ਫੇਟ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਮਿੰਦਰ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਪਿੰਡ ਬੋਪਰਾਏ ਵਿਖੇ ਲਿਆਂਦਾ ਗਿਆ ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਪਰਮਿੰਦਰ ਦੇ ਪਿਤਾ ਲਕਸ਼ਮੀ ਨਾਰਾਇਣ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਦੋ ਭੈਣਾਂ ਸੁਮਨ ਅਤੇ ਨੇਹਾ ਦਾ ਇੱਕੋ ਇੱਕ ਭਰਾ ਪਰਮਿੰਦਰ ਸੀ। ਇੱਕ ਭੈਣ ਸੁਮਨ ਦਾ ਵਿਆਹ ਹੋ ਚੁੱਕਾ ਹੈ, ਇੱਕ ਭੈਣ ਅਤੇ ਮਾਂ ਪਿੱਛੇ ਇਕੱਲੇ ਰਹਿੰਦੇ ਹਨ ਜਿਨ੍ਹਾਂ ਦਾ ਸਹਾਰਾ ਪਰਮਿੰਦਰ ਹੀ ਸੀ।